ਕਿ ਬਾਬਾ ਜਿੱਤੋ ਕਿਸਾਨੇ ਦਾ ਜੇਦੋ ਸੁਨਾਇਆ ਕਿ ਦੇਵਤਾ ਹ ਇੰਜੇ ਗਸੜਾ ਬਾਬਾ ਪੈੜ ਦੇਵਤਾ ਹ ਜੰਮੂ ਦਾ ਰਾਜਾ ਬਿਲਕੁਲ ਪਿਛਲੇ ਦਿਨੇ ਅਸੀਂ ਦੇਖਿਆ ਕਿ ਮੱਛੀ ਜਿਹੜੀ ਹੈ ਉੱਥੇ ਜਿੰਦਾ ਦੇਵਤਾ ਹੈ ਉਸੇ ਫੜਨੇ ਦੀ ਮੀਮ ਸ਼ੁਰੂ ਹੋਈ ਨਹੀਂ ਉਥੇ ਬੜਾ ਸਖਤ પ્રતિਬੰਧਾ ਉਥੇ ਅੱਛਾ ਗੱਲ ਕੀਤੀ ਗੱਲ ਕੀਤੀ ਲੇਕਿਨ ਮੈਂ ਧੰਨਵਾਦ ਦੇਵਾਂਗੇ ਥੁੰਦੇ ਡਾਇਰੈਕਟਰ ਫਿਸ਼ਰੀ ਨੇ ਉਹਨੇ ਬੜਾ ਅਛਾ ਸਾਡੇ ਨੇ ਸਹਿਯੋਗ ਦਿੱਤਾ ਟੀਮ ਭੇਜੀ ਉਸੇ ਵੇਲੇ ਉਹਨਾਂ ਆਖਿਆ ਕਿ ਜਿਹੜੀਆਂ ਸੈਂਚਰੀਆਂ ਜੀਆਂ ਬਾਬਾ ਸੁਰਗਲ ਦੀ ਡਬਰ ਹੈ ਇਹਾਂ ਮਿਲਕ ਬਾਵੇ ਦੀ ਡਬਰ ਹੈ ਮਿਲਕ 2 ਬਾਵੇ ਦੀ ਡਬਰ ਹੈ ਇਹਾਂ ਬਾਵਾ ਭੈੜ ਦੇਵ ਦੀ ਡਬਰ ਹੈ ਪੀਰ ਖੋ ਤੱਕ ਉਹਨੇ ਆਖਿਆ ਕਿ ਐਸੇ ਬਹਿਣ ਲੱਗੇ ਲੇਕਿਨ ਕੁਝ ਲੋਕਿੰਗ ਨਹੀਂ ਪਚਿਆ ਸਾਡੇ ਜੰਮੂ ਦੇ ਕੁਝ ਸੰਗਠਨ ਉੱਥੇ ਗਏ ਮੈਂ ਸ਼ਾਬਾਸ਼ੀ ਦੇਗਾ ਉਹਨੇਗੀ ਕਿ ਉਹ ਇੰਨੇ ਜਾਗਰੂਕ ਹੋਏ ਉਹਨੇ ਮੌਕੇ 'ਤੇ ਜੀ ਹੈ ਤਵੀ ਦਾ ਇੱਕ 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 ਕੋਨਾ ਜਿਹੜਾ ਉਹਨੇ ਛਾਣਿਆ ਕਿ ਮਹਾਰਾ ਇੱਥੇ ਕੋਈ ਐਸੀ ਗੱਲ ਹੋਈ ਨਹੀਂ ਜਾ ਲੇਕਿਨ ਡਿਪਾਰਟਮੈਂਟ 'ਚ ਬੈਠੇ ਦੇ ਕੁਝ ਐਸੇ ਲੋਕ ਐਸੇ ਅਨਾਸਰ ਜਿਣੇ ਕੀ ਇਹ ਗੱਲ ਪਚੀ ਨਹੀਂ ਹੈ ਉਹ ਦੁਆਰਾ ਉਹਨੇ ਐਸਾ ਸ਼ੁਰੂ ਕਰੀ ਤਾਂ ਅੱਜ ਤੋ ਦਿਖਾ ਦਿਓ ਅੱਜ ਫਿਸ਼ਰੀ ਅਫੀਸ਼ੀਅਲ ਕੇਰੂਮ ਜੀ ਕਾ ਆਏ ਨੇ ਹੋ ਇਥੋਂ ਦਾ ਡਾਇਰੈਕਟਰ ਵੀ ਸਾਡੇ ਕੋਲ ਬੈਠੇ ਨੇ ਆਸੇ ਗੱਲ ਕਰਨ ਆਏ ਆ ਕਿ ਭਈ ਇਹ ਨਹੀਂ ਚੱਲ ਦੇਣਾ ਜੰਮੂ ਮੰਦਰਾਂ ਦਾ ਸ਼ਹਿਰ ਹੈ ਔਰ ਜੰਮੂ ਸ਼ਹਿਰ ਚ ਬੜੇ ਪ੍ਰਾਚੀਨ ਮੰਦਰ ਨੇ ਜਿੱਥੇ ਲੋਕ ਆਪਣੀ ਸ਼ਰਧਾ ਦੇ ਆਪਣੀ ਅਕੀਦਤ ਦੇ ਫੁੱਲ ਚਾੜਦੇ ਨੇ ਔਰ ਮੰਦਰਾਂ ਦੇ ਜ਼ਿਆਦਾਤਰ ਮੰਦਰਾਂ ਸਿੰਘ ਦਿੱਖੇ ਨੂੰ ਦਾ ਰੱਖ-ਰਖਾਅ ਜਿਹੜਾ ਉਹ ਠੀਕ ਤਰੀਕੇ ਕੰਨੇ ਨਹੀਂ ਉਹ ਕਰਦਾ ਕਿ ਕਿ ਮੰਦਰ ਤੇ ਬੜੇਗੇ ਪ੍ਰਾਚੀਨ ਪਰ ਉਹਦੇ ਰੱਖ-ਰਖਾਅ ਦੀ ਬੜੀ ਮੱਤੀ ਜਿਹੜੀ ਜ਼ਰੂਰਤ ਹੈ ਉਹ ਮਹਿਸੂਸ ਕੀਤੀ ਜਾ ਕਰਦੀ ਹੈ ਕਿ ਕਿ ਜੰਮੂ ਜਿਹੜਾ ਜਿਵੇਂ ਪਹਿਲਾਂ ਤੁਸਿੰਗ ਦੱਸਿਆ ਕਿ ਮੰਦਰਾਂ ਦਾ ਸ਼ਹਿਰ ਹੈ ਇਸ ਵਕੀ ਕੇ ਕੇ ਗਾਈਆਂ ਪੁੱਟੀਆਂ ਜਾ ਕਰਦੀਆਂ ਹਨ ਔਰ ਮੰਦਰਾਂ ਕੀ ਲਈਆ ਬੜੀ ਗੰਭੀਰਤਾ ਕਰਨਾ ਮੰਥਨ ਕਰਾ ਕਰਦੇ ਔਰ ਇਹਨੇ ਮੰਦਰੇ ਚ ਦੌਰਾ ਵੀ ਕਰਾ ਕਰਦੇ ਨੇ ਉਹ ਨਸਾਰੇ ਕਰਨਾ ਹੈ ਅ ਰਜੇਸ਼ ਗਿਰੀ ਜੀ ਮੰਤਰਜੇਸ਼ ਗਿਰੀ ਔਰ ਇਹਦੇ ਕਨੇ ਗੱਲਬਾਤ ਕਰਨਿਆ ਇਹਦੇ ਥਾਂ ਮ ਪੁੱਛਣੀ ਆ ਕਿ ਮੰਦਰਾਂ ਵਾਲੀ ਬਖੀ ਜਿਲ੍ਹਾ ਸਸਤਾ ਕੀ ਮਾਰਨੇ ਆ ਕਿ ਕਿ ਜੰਮੂ ਚ ਸਾਡੇ ਚ ਬੜੇ ਪ੍ਰਾਚੀਨ ਮੰਦਰਨ ਪਰ ਉਹਦਾ ਰੱਖ ਰਖਾਭ ਜਿਹੜਾ ਉਹ ਸਹੀ ਤਰੀਕੇ ਕਰਨੇ ਨਹੀਂ ਹੋਆ ਕਰਦਾ ਇਸ ਦੇ ਇਲਾਵਾ ਕਈ ਹੋਰ ਵੀ ਧਾਰਮਿਕ ਸਥਾਨ ਜਿਹੜੇ ਅਨਦੇਖੀ ਦਾ ਸ਼ਿਕਾਰ ਹੋਇਆ ਕਰਦੇ ਨੇ ਤੋਂ ਮੰਤ ਜੀ ਸਿੱਧੀ ਲਕੀਰ ਚ ਤੁੰਦਾ ਸਵਾਗਤ ਤੁੰਦਾ ਵੀ ਬਹੁਤ ਬਹੁਤ ਧੰਨਵਾਦ ਸ੍ਰਿੰਦਰ ਸਾਗਰ ਜੀ ਗੱਲ ਛੇੜ ਯੂੜੀ ਹੈ ਤੁਸੀਂ ਤੇ ਮੈਂ ਤੁਸੇ ਸੁਣਾਣਾ ਚਾਹਨਾ ਕਿ ਕੱਲ ਵੀ ਇੱਕ ਸਾੜੀ ਇੱਕ ਬੈਠਕ ਹੋਈ ਜਿਹੜੀ ਬੈਠਕ ਇਸਾ ਕੀਤਾ ਲਈ ਹੋਈ ਕਿ ਅਸੀਂ ਜਿਹੜੇ ਸਾਡੇ ਪਰਾਚੀਨ ਜਿਹੜੇ ਦਰੋਹਰਨ ਹੈ ਪ੍ਰਾਣੀਆਂ ਜਿਹੜੀਆਂ ਵਿਰਾਸਤਾਂ ਵਿਰਾਸਤਾਂ ਹੈ ਉਹਦੇ ਆਲੇ ਪਾਸੇ ਕਿਹਿਆਂ ਧਿਆਨ ਦਿੱਤਾ ਜਾ ਔਰ ਸਰਕਾਰ ਦੀ ਕੀ ਮੰਸ਼ਾ ਹੈ ਇੱਕ ਚਿੰਤਨ ਔਰ ਮੰਥਨ ਕਰਨ ਦੀ ਜਿਹੜੀ ਜ਼ਰੂਰਤ ਸੀ ਉਹ ਪੂਰੀ ਹੋਈ ਜੰਮੂ ਦੇ ਅੰਦਰ ਇੱਕ ਬੜੀ ਅੱਛੀ ਸਾੜੀ ਸੋਸਾਇਟੀ ਕੰਮ ਕਰਾਦੀ ਹੈ ਜਿਹਦਾ ਨਾਮ ਹੈ ਰਿਲੀਜੀਅਸ ਟੂ ਕਲਚਰ ਟੂਰਿਜ਼ਮ ਐਂਡ ਹੈਰੀਟੇਜ ਅੱਛਾ ਜਿਹੜਾ ਰਿਲੀਜੀਅਸ ਟੂਰਿਜ਼ਮ ਔਰ ਕਲਚਰ ਹੈਰੀਟੇਜ ਸੋਸਾਇਟੀ ਹੈ ਉਹਦਾ ਮੈਂ ਚੀਫ ਪੈਟਰਨ ਹੋਣ ਦੇ ਨਾਤੇ ਕੱਲ ਵੱਖਰੀ ਵੱਖਰੀਆਂ ਕਿਸਮ ਦੇ ਜਿਹੜੇ ਸਾਡੇ ਇੱਥੇ ਛੋਸ਼ੇ ਬਾਜ਼ੀਆਂ ਹੁੰਦੀਆਂ ਰਹੀਆਂ ਕਿ ਮੰਦਰਾਂ ਚੀਆਂ ਹੋ ਜਾਣਾ ਇਆਂ ਹੋ ਜਾਣਾ ਉਹਦੇ ਵਾਸਤੇ ਇੱਕ ਵੀ ਇਹ ਮੰਥਨ ਕੀਤਾ ਚਿੰਤਨ ਕੀਤਾ ਜਿਹਦਾ ਜਿਹਦੇ ਚ ਸਾਡੇ ਇੰਟਰਨਲ ਹਿੰਦੂ ਫਾਊਂਡੇਸ਼ਨ ਦੇ ਲੋਕ ਜਿਹੜੇ ਸਾਡੇ ਬકરી ਬਖਰੀ ਸਨਾਤਨਤਰਮ ਸਭੇ ਕਨੇ ਲੋਕ ਜੁੜੇ ਦੇ ਨੇ ਜਿਹੜੇ ਸਨਾਤਨ ਕਨੇ ਜੁੜੇ ਦੇ ਨੇ ਉਹ ਪਈਏ ਚਰਚਾ ਹੋਈ ਜੇ ਚ ਅਸੀਂ ਉਹ ਲੋਕਾਂ ਕੀ ਉਹਨੇ ਵੀ ਇਨਵੋਲਵ ਕੀਤਾ ਜਿਹੜੇ ਸਰਕਾਰ ਕਨੇ ਜਿੰਦਾ ਬੜਾ ਸਿੱਧਾ ਹੱਥ ਹੈ ਲੇਕਿਨ ਤਰਮਾ ٹرسٹ ਦੇ ਮਤੇ ਮੰਦਰੋਂ ਨੇ ਕਾਰਨ ਜਿਨੇ ਕੀ ਤੁਸੀਂ ਜੀਆਂ ਦਾਉਜੀ ਦਾ ਮੰਦਰ ਹੈ ਜੀਆਂ ਤੁਸੀਂ ਕੱਲ ਅ ਠਾਕੁਰ ਜੀ ਦਾ ਕ੍ਰਿਸ਼ਨ ਜੀ ਦਾ ਰੁਕਮਣੀ ਜੀ ਦਾ ਮੰਦਿਰ ਹੈ ਜਾਂ ਜੀਆਂ ਬਾਕੀ ਜਗ੍ਹਾ ਤੁਸੀਂ ਪਰਮੰਡਲ ਦੇ ਮੰਦਿਰ ਗਦਾਦਾਰ ਮੰਦਿਰ ਹੈ ਪਰਮੰਡਲ ਦੇ ਇੱਕ ਸ਼ਿਪਰਾਨ ਦੇ ਅੰਦਰ ਪੂਰਾ ਮੰਡਲ ਨਾਂ ਦੀ ਇੱਕ ਵਿਆਖਿਆ ਹੋਈ ਦੀ ਹੈ ਔਰ ਛੋਟਾ ਕਾਂਸ਼ੀ ਉਸੇ ਆਖਦੇ ਨੇ ਉਹਦੀ ਗੱਲ ਚੱਲੇ ਸੁਦਮਾ ਦੇ ਵਾਲੇ ਮੰਦਿਰ ਹੁਣ ਸੁਦਮਾ ਦੇਵ ਹੈ ਜਿੱਥੇ ਮਹਾਰਾਜ ਸਾਡੇ ਭਗਵਾਨ ਸ਼ੰਕਰ ਜੀ ਦੀ ਬਰਾਤ ਗਈ ਦੀ ਹੈ ਔਰ ਉੱਥੇ ਲਾਵਾ ਫੇਰੇ ਹੋਏ ਨੇ ਬੇਦੀ ਬਣੀ ਦੀ ਗੋਰੀ ਕੁੰਡ ਵੀ ਹੈ ਤੇ ਸਾਰੀ ਚੀਜ਼ਾਂ ਮੈਂ ਉਹਨੇ ਲਈ ਚਿੰਤਾ ਦਾ ਇੱਕ ਵਿਸ਼ੇ ਥਾ ਲੇਕਿਨ ਚਰਚਾ 'ਚ ਇਹ ਨਿਕਲਿਆ ਕਿ ਪਹਿਲਾਂ ਅਸ ਔਰ ਚੀਜ਼ਾਂ ਫੜਚਿਆ ਜਿਹੜੀਆਂ ਪੂਰੀਆਂ ਹੁੰਦੀਆਂ ਜਾਂਦੇ ਆਗੇ-ਅਗੇ ਵਧਦੇ ਜਾਂਦੇ ਆ ਬਿਲਕੁਲ ਮੈਂ ਤੁਸੇ ਕੱਲ ਅਸੀਂ ਵੀ ਗੱਲ ਗਲਾਈ ਕਿ ਜੀਆਂ ਦੇਵਕਾ ਕੀ ਕੁਝ ਲੋਕਾਂ ਉਥੇ ਇਹ ਮਹਿਸੂਸ ਕੀਤਾ ਕਿ ਦੇਵਕਾ ਕੀ ਦੇਵਕਾ ਨੇ ਇਹ ਸਮਝਦੇ ਹੋ ਹੀ ਉਥਲ ਹੋਇਆ ਦੇਵਕਾ ਨਾਲ ਆ ਬਿਲਕੁਲ ਲੇਕਿਨ ਜਿਹੜੇ ਲੋਕ ਉਸ ਲੈ ਲਿਖਣ ਵਾਲੇ ਲਿਖਾਰੀ ਇਹ ਵੱਡੇ ਜਾਂ ਸਰਕਾਰ ਦੇ ਲੋਕ ਇਹ ਉਹਨੇ ਨਹੀਂ ਧਿਆਨ ਕੀਤਾ ਉਹਦੇ ਬਸ ਇੱਕ ਗੱਲ ਚਲੀ ਜਿਹਦੇ ਚ ਐਸੇ ਅੱਜ ਉਧਾਰ ਉਹਦੇ ਵਾਸਤੇ ਉਠਾਣ ਵਾਸਤੇ ਡਾਕਟਰ ਜਤਿੰਦਰ ਸਿੰਘ ਉਹਨੇ ਉਦੋਂਪੁਰ ਦੇਵਕਾ ਦੇ ਉਥਾਨ ਵਸਾਇਆ ਕਾਫੀ ਪੈਸਾ ਜਿਹੜਾ ਉਤ ਲਾਇਆ ਬਿਲਕੁਲ ਇਆਂ ਕੇ ਸੁਦਮ ਦੇਵ ਲੱਗਾ ਦਾ ਇਆਂ ਕੇ ਪਰਮੰਡਲ ਦੇ ਅੰਦਰ ਅ ਪ੍ਰਲਾਦ ਸਿੰਘ ਪਟੇਲ ਜੀ ਜਿਹੜੇ ਆਏ ਨੇ ਤੋਂ ਉਹਨੇ ਵੀ ਆਖਿਆ ਕਿ ਇਸ ਤਰ੍ਹਾਂ ਪੈਸੇ ਲੱਗਣ ਚਾਹੀਏ ਉਹ ਨਿਮਾਮੀ ਗੰਗੇ ਦੇ ਤਹਿ ਜਹਾਂ ਜਿਹੜਾ ਪ੍ਰਸ਼ਾਦ ਇੱਕ ਹਾਂ ਚੱਲੀਦਾ ਇੱਕ ਨਵੀਂ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਨਵੀਂ ਯੋਜਨਾ ਚਲਾ ਕਰ ਉਹਦੇ ਵਿੱਚ ਲੱਗਣ ਮੈਂ ਲੇਕਿਨ ਉਹਦੇ ਵਿੱਚ ਥੋੜਾ ਜਿਹਾ ਅਸੇਗਾ ਲੱਖਾਂ ਦੇ ਕਿ ਜਿਹੜੇ ਮੱਠ ਮੰਦਰ ਦੇ ਅੰਦਰ 50 ਬਰੇ ਦੇ 70 ਬਰੇ ਦੇ 100 ਬਰੇ ਦਾ ਮੰਤ ਬੈਠਦਾ ਪੁਜਾਰੀ ਬੈਠਦਾ ਹੈ ਸ਼੍ਰੀਮੰਤ ਬ ਪਟੋੜੇ ਮੰਦਰ ਇੰਦਰ ਅਸ ਕੀ ਕੀ ਕਰੀ ਦੇ ਚ ਤੁਸੀਂ ਆਪਣੇ ਕੰਪਿਊਟਰ ਚ ਬਈਏ ਡਿਜ਼ਾਈਨ ਬਣਾਈ ਨਹੀਂ ਆਉ ਹੈ ਲੇਕਿਨ ਉਹਦੇ ਚ ਕੀ ਹੋਇਆ ਹੈ ਕਿ ਮੰਦਰਾਂ ਦੀ ਹਾਲਤ ਜਰਜਰ ਹੁੰਦੀ ਗਈ ਉਸੇ ਲਈ ਅਸੀਂ ਫਰਵਰੀ ਮਹੀਨੇ ਦੇ ਜਿਹੜੇ ਪਹਿਲੇ ਹਫਤੇ ਗਏ ਇੱਕ ਬੜਾ ਵੱਡਾ ਅਸ ਪ੍ਰਿਕਰਮਾ ਜੰਮੂ ਪ੍ਰਿਕਰਮਾ ਕੱਢ ਲਗੇ ਆ ਅੱਛਾ ਜਿਹੜੀ ਬਾਵੇ ਕੋਲੋਂ ਸ਼ੁਰੂ ਹੋਣੀ ਹੈ ਔਰ ਸਾਰੇ ਪ੍ਰਾਚੀਨ ਮੰਦਰਾਂ ਜਾ ਹੁੰਦੇ ਹੁੰਦੇ ਅਸੀਂ ਜਿਹੜਾ ਹੈ ਇੱਕ ਜਗ੍ਹਾ ਰੁਕਣਾ ਉਥੇ ਕੀ ਕੀ ਕਰ ਸਕਨੇ ਆ ਉਹ ਗੱਲ ਵੀ ਅਸੀਂ ਕਰਨੀ ਹੈ ਆ ਜੀ ਆਮਨ ਸਾਹਿਬ ਜੀ ਤੁਸੀਂ ਦੱਸਿਆ ਕਿ ਜੰਮੂ ਪਰਿਕਰਮਾ ਤੁਸੀਂ ਇੱਕ ਜਿਹੜੀ ਯਾਤਰਾ ਉਹ ਸ਼ੁਰੂ ਕਰਨੀ ਹੈ ਅੱਧ ਦਿਖਾ ਕਰਨੀਆਂ ਯਾਤਰਾ ਵੀ ਨਿਕਲਦੀਆਂ ਬੜਾ ਕਿਸ਼ ਹੁੰਦਾ ਹੈ ਪਰ ਅਸੀਂ ਦਿਖਾ ਕਰਨੇ ਆ ਕਿ ਜਿਹੜੇ ਸਾਰੇ ਮੰਦਰਨ ਉਹਦੀ ਜਿਹੜੀ ਹਾਲਤ ਹੈ ਉਹ ਸ਼ੈਲ ਨਹੀਂ ਨਾ ਤੇ ਉਥੇ ਕੋਈ ਸ਼ਰਧਾਲੂ ਜਾਂਦਾ ਕੋਈ ਯਾਤਰੀ ਜਾਂਦਾ ਤੇ ਉਹਦੇ ਖੜੋਨੇ ਦੀ ਜਗ੍ਹਾ ਹੈ ਅਗਰ ਉਹਦੀ ਹਾਲਤ ਅਸੀਂ ਦਿਖਚਾ ਕਿ ਅਗਰ ਜੀਆਂ ਸੁਪਰਮੰਡਲ ਦੀ ਗੱਲ ਕਰਚਾ ਤੋ ਮਹਾ ਪ੍ਰਾਚੀਨ ਜਿਹੜੇ ਮੰਦਰ ਨੇ ਉਹ ਉੱਥੇ ਬਣੇ ਦੇ ਨੇ ਪਰ ਲੱਗਾ ਕਰਦਾ ਕਿ ਅਗਰ ਇਆ ਹਾਲਤ ਰਹੀ ਜੀਆਂ ਔਰ ਚੀਜ਼ਾਂ ਉੱਥੇ ਸਾੜੀ ਜਿਹੜੀਆਂ ਵਿਰਾਸਤਾਂ ਵਰਵਾਦ ਹੋਈਆਂ ਨੇ ਇਆ ਹੋਈ ਸਕਦਾ ਪਈਏ ਜਿਹੜੇ ਸਾਰੇ ਪੂਜਨੀਏ ਸਥਾਨ ਇੰਦੀ ਹਾਲਤ ਵੀ ਜਿਹੜੀ ਜਰਜਰ ਮਹਿਸੂਸ ਹੋਆ ਕਰਦੀ ਹੈ ਪਰ ਉਸ ਬਾਕੀ ਦੇਖਣਾ ਕੋਣ ਨੇ ਦੇਖੋ ਤੁਸੀਂ ਅੱਜ ਵੀ ਦੇਖੋ ਜਿਹੜਾ ਮਹਿਲ ਲੱਭਦੇ ਨੇ ਉਹ ਨਿਗਾ ਮਾਰ ਰਹੇ ਤੁਸੀਂ ਇਹ ਮਹਿਲ ਦੇਖੋ ਨੀ ਹਾਲਤ ਕੀ ਹੈ ਬਿਲਕੁਲ ਲੇਕਿਨ ਬਾਰਾ ਇਹਦਾ ਮੂੰਹ ਬਣਾਣੇ ਬਸ ਦਾ ਹੈ ਤੋ ਦੇਖਾ ਦਿਓ ਹੂੰ ਹੂੰ ਹਰ ਕਿੰਨੇ ਬਾਰੇ ਨੇ ਮਿਸਤਰੀ ਲੱਗੇਦੇ ਨੇ ਕੁੱਥੂ ਕੁੱਥੂ ਆਂਦੇ ਨੇ ਤੋ ਇਹ ਇਹੜਾ ਦਿਖਾਵਾ ਪਨ ਬੰਦ ਕਰੋ ਹੈ ਔਰ ਸਰਕਾਰ ਜਿਹੜੀ ਕੇਂਦਰ ਦੀ ਹੈ ਜਿੰਨੀ ਉਹ ਸੀਰੀਅਸ ਹੈ ਇਸ ਲਈ ਹੈ ਅਗਰ ਅਸੋਂ ਉਹਦੇ ਉਪਰ ਚੁਹਾਣੀ ਵੀ ਕੰਮ ਕਰ ਗਏ ਸਾਗਰਜੀਤ ਮੇਰੇ ਹਿਸਾਬ ਚ ਅਸੀਂ ਕੋਈ ਐਸੀ ਜਗਾ ਨਹੀਂ ਬਚਣੀ ਜਿਹੜੀ ਬਚੀ ਜਾਣੀ ਹੈ ਬਈ ਇਸੀ ਡਿਵੈਲਪ ਨਹੀਂ ਹੋਇਆ ਪਰ ਮੰਡਲ ਦੇ ਅੰਦਰ ਜਿਹੜੀ ਤੁਸੀਂ ਗੱਲ ਕਰਾ ਦਿਓ ਪਿਛਲੇ ਦਿਨੇ ਅਸੀਂ ਉਥੇ ਬੋਲਿਆ ਕਿ ਭਾਈ ਜਿਹੜਾ ਤੁਸੀਂ ਬਾਥਰੂਮ 40 ਲੱਖ ਦਾ ਬਣਾਇਦਾ ਹੈ ਇਹਦਾ ਸਾਰਾ ਜਿਹੜਾ ਫਲੋ ਹੋਇਆ ਤੁਸੀਂ ਦੇਵਕਾਲੇ ਪਾਸੇ ਰੱਖਿਆ ਦਾ ਜਿੱਲੇ ਬਾਜ ਚ ਕੋਈ ਉਸੇ ਜੰਦਰਾਬਜੀ ਆ ਫਿਰ ਉਹ 40 ਲੱਖ ਲਾਣ ਦਾ ਕੀ ਫਾਇਦਾ ਹੋਇਆ ਅਗਰ ਪਰਮੰਡਲਾ ਦੇ ਕੇ ਲੋਕ ਬੁਲਾਈਏ ਪੁੱਛਦੇ ਕਿ ਕੁੱਥੇ ਬਣਾਣਾ ਮਤਲਬ ਕੁਛ ਪਰ ਦੇਵਕਾ ਜਿਸ ਵੇਲੇ ਤੁਸੀਂ ਦੇਖੋ ਇੰਨੀ ਗੰਦਗੀ ਪਈ ਦੀ ਹੈ ਕਿ ਕਸਨ ਉਥੇ ਮੂੰਹ ਵੀ ਧੋਣਾ ਹੋਵੇ ਤੇ ਉਹ ਵੀ ਪਹਿਲਾਂ ਚਾਰ ਵਾਰੀ ਸੋਚਦਾ ਮੈਂ ਗੰਦਗੀ ਦੇਵਕਾ ਹੀ ਨਹੀਂ ਆਖਾਂ ਇਹਦੇ ਦਿਮਾਗ 'ਚ ਗੰਦਗੀ ਪਈ ਦੀ ਹੈ ਦਿਮਾਗ 'ਚ ਗੰਦਗੀ ਪਈ ਦੀ ਮੈਂ ਬੜੀ ਫਕਰ ਕਰਨਾ ਬੜੀ ਤੁਹਾਨੂੰ ਸਖਤ ਲਫ਼ਜ਼ੇ ਕਹਿਣਾ ਵੀ ਆਖਾਂਗਾ ਕਿ ਸਰਕਾਰ ਦਾ ਮੰਛਾ ਮੰਦਰ ਦੇ ਅੰਦਰ ਜਿਹੜੇ ਪੂਜਾ ਕਰਦੇ ਉਹਦਾ ਰਖ ਰਖਾਵ ਹੈ ਅੱਜ ਕੋਗੋਹਾਲ धाम ਹੈ ਨਰਸਿੰਘ धाम ਨਰਸਿੰਘ धाम ਦਾ ਚੇਅਰਮੈਨ ਉਸ ਦਾ ਡੀਸੀ ਹੈ ਸੈਕਟਰੀ ਉਸ ਦਾ ਜਿਹੜਾ ਐਸਡੀਐਮ ਹੈ ਤਸਵੀਲਦਾਰ ਉਥੇ ਰੋਜ਼ ਚੜਤਲ ਗਿੰਨੇ ਵਾਲਾ ਤੁੰ ਲਾ ਕੇ ਕੰਮ ਜਿੱਥੇ ਤੁਸ ਸੰਤੋ ਸਮਾਗੀ ਬੁਲਾਓ ਉਸ ਇਲਾਕੇ ਦੇ ਲੋਕ ਮੰਨੇ ਪੱਤਰ ਮੰਨੇ ਦੇ ਬੀਡੀਸੀ ਦਾ ਚੇਅਰਮੈਨ ਹੈ ਡੀਡੀਸੀ ਦਾ ਚੇਅਰਮੈਨ ਹੈ ਪੈਂਚ ਸਰਪੰਚ ਬੁਲਾਓ ਨਾ ਕੋਈ ਦੱਸੋ ਵੀ ਮੰਦਰ ਕਿਹ ਚਲਾਣਾ ਲੰਬਰਦਾਰ ਤੁਸੀਂ ਬਣੀ ਜਾਣਾ ਇਹਦੇ ਇੱਕ ਬੜਾ ਇੱਕ ਤੁਸ ਆਖਿਓ ਕਿ ਬੜਾ ਚਿੰਤਾ ਦਾ ਵਿਸ਼ੇ ਇਹ ਬਣਾਦਾ ਹੈ ਕਿ ਕੋਈ ਖਾਸ ਧਿਆਨ ਨਹੀਂ ਮੈਂ ਕੱਲ ਜਿਲ੍ਹਾ ਸੜੀ ਜਿਹੜੀ ਬੈਠਕ ਹੋਈ ਹੈ ਉਹ ਚ ਸਾਡੇ ਅਮੀਰ ਜੀ ਨੇ ਜਿਹਨੇ ਮੁੱਦਾ ਚੁੱਕਿਆ ਹੈ ਮਿਊਨਿਸਪੈਲਿਟੀ ਦੇ ਅੰਦਰ ਲੇਕਿਨ ਦੂਏ ਪਾਸੇ ਡੈਕਸ ਪਰ ਸਾਰੇ ਮੰਮ ਬੈਠੇ ਦੇ ਚੁੱਪ ਬੈਠੇ ਦੇ ਪਰੇਸ਼ਾਨੀਆਂ ਐ ਉਹਨੀ ਮੈਂ ਕੱਲ ਵੀ ਆਖਦਾ ਕਿ ਪਾਈ ਜਿਹੜਾ ਟੂਰਿਸਟ ਜ਼ਿਆਦਾ ਸਿਰਨਗਰ ਜ਼ਿਆਦਾ ਹੈ ਬਿਲਕੁਲ ਜਿਹੜਾ ਉੱਥੇ ਹੈ ਖਰ ਕੇ ਕੇ ਗੱਲਾਂ ਕਰਦਾ ਜੀ ਇਹ ਸ਼ਗਾਰੇ ਸ਼ਕੂਰੇ ਵਿੱਚ ਬਈ ਹੈ ਜਿਹਦੀ ਚੁੰਨੀ ਵੱਜੀਦੀ ਜੈ ਮਾਤਾ ਦੀ ਆਖਦਾ ਵੈਸ਼ਨੂ ਦੇਵੀ ਦਾ ਆਇਦਾ ਹੈ ਸ਼ਿਵ ਖੋੜੀ ਆਇਦਾ ਹੈ ਜਿਹੜਾ ਸਾਡਾ ਰੀਲिजियस ਟੂਰਿਜ਼ਮ ਹੈ ਬਿਲਕੁਲ ਉਹਦੀ ਪੇਠਾ ਗੁਣਾਂ ਤੇ ਧਿਆਨ ਦੇਣਾ ਹੈ ਬਿਲਕੁਲ ਉਧਰ ਨਹੀਂ ਲੇਕਿਨ ਸਾਗਰ ਜੀ ਤੁਸੀਂ ਅੱਜ ਚਿੰਤਾ ਕੀਤੀ ਔਰ ਸਾਨੂੰ ਬੁਲਾਇਆ ਲੇਕਿਨ ਇੱਕ ਗੱਲ ਮੈਂ ਤੁਹਾਨੂੰ ਸਲਾਹਣਾ ਚਾਹਨਾ ਬਹੁਤ ਜ਼ਿਆਦਾ ਅਫਸੋਸ ਬਹੁਤ ਜ਼ਿਆਦਾ ਅਫਸੋਸ ਕਿ ਜਿਨੇ ਸੰਗਠਣ ਹੈ ਜਸ ਆਪਣਾ ਸਮਝਨੇ ਆ ਕਿ ਮਹਾਰਾ ਇਹ ਸਾਨੂੰ ਬਚਾਣੇ ਵਾਲੇ ਨੇ ਵਾਲੇ ਉਹਦੇ ਵਾਲੇ ਪਾਸਾ ਵੀ ਕੋਈ ਇੰਨੀ ਅੱਛੀ ਗੱਲ ਨਹੀਂ ਹੋ ਰਹੀ ਹੈ ਕੇਂਦਰ ਚ ਬੈਠੇ ਦੇ ਡਾਕਟਰ ਜਤਿੰਦਰ ਸਿੰਘ ਔਰ ਸਾਡੇ ਜਗਲ ਕਿਸ਼ੋਰ ਨੇ ਇਥੋਂ ਦੇ ਮੈਂਬਰ ਆ ਪਾਰਲੀਮੈਂਟ ਜਿਹਨੇ ਹੋਣ ਅਗਲੇ ਦਿਨੇ ਮੰਦਰਾਂ ਵਿੱਚ ਸਾਰੇ ਵਿੱਚ ਸੋਲਰ ਲਾਈਟਾਂ ਦੇਣ ਦਾ ਕੰਮ ਸ਼ੁਰੂ ਕੀਤਾ ਬਾਥਰੂਮ ਬਣਨੇ ਦਾ ਕੁਝ ਸ਼ੁਰੂਆਤ ਕਰੇ ਕੁਝ ਸ਼ੁਰੂਆਤ ਕਰੇ ਲੇਕਿਨ ਜਿਹੜੀ ਜੰਮੂ ਪ੍ਰਕਰਮਾ ਹੋਣੀ ਹੈ ਮੇਰੀ ਗੁਜਾਰਿਸ਼ ਰੋ ਕੇ ਉਸਨ ਜਲਾਸ ਨਿਕਲ ਗਏ ਉਹ ਪ੍ਰਕਰਮਾ ਕੋ ਦਿਖਾਵਾ ਨਹੀਂ ਹੈ ਉਹ ਪ੍ਰਕਰਮਾ ਹੈ ਉਹ ਐਸਾ ਹੋਗੇ ਜਿਹਦਾ ਇੱਕ ਰਿਜ਼ਲਟ ਨਿਕਲ ਅੱਜ ਵੀ ਮਾਨਣੀਏ ਰਾਜਪਾਲ ਜੀ ਦਾ ਮੈਂ ਧੰਨਵਾਦ ਇਸ ਕਰੀ ਦੇਗਾ ਕਿ ਰੁਪਏ ਵਾਲੇ ਮੰਦਰ ਜੀ ਸ਼ਵਾਲੇ ਮੰਦਰ ਪੈਦਲ ਟੂਰੀ ਆਏ ਇਹ ਦਮ ਨਾਲ ਕੋਤੇ ਨੇ ਕੋਤੇ ਸੰਸਕ੍ਰਿਤੀ ਜੀ ਹੈ ਅਜੀ ਹੈ ਉਨជា ਦਾਉ ਜੀ ਦੇ ਮੰਦਰ ਪੈਸੇ ਲੱਗਣੇ ਨੇ ਜਾਂ ਕੁਸਾ ਹੋਰ ਮੰਦਰੇ ਅੰਦਰ ਲੱਗਣੇ ਨੇ ਮੰਦਰ ਸਾਰੇ ਤਰ ਮਟਰਸ ਦੇ ਨੇ ਪਰ ਮਟਰਸ ਨੇ ਵੀ ਉਹਨੇ ਮੰਦਰਿਆਂ ਵਾਲੇ ਪਾਸਾ ਨਿਗਾਹ ਰੱਖਣੀ ਚਾਹੀਦੀ ਹੈ ਹੁਣ ਸੁਚੇਤਗੜ ਜਿਹੜਾ ਮੰਦਰ ਹੈ ਮਾਰੇ ਉਹਦੀ ਕੰਦਾ ਪਿਛੇ ਪਾਕਿਸਤਾਨ ਹੈ ਤੇ ਸਪੀਕਰ 15 ਦਿਨਾਂ ਦਾ ਖਰਾਬ ਹੈ ਜੇ ਕੋਈ ਨਾ ਹਾਰਤੀਏ ਸੁਣਨੀ ਹੋਇਆ ਜਿਹੜਾ ਬਜ਼ੁਰਗ ਨਹੀਂ ਆਈ ਸਕਦਾ ਘਰ ਆ ਮਤਲ ਨਿਕ ਨਿਕੀਆਂ ਗੱਲਾਂ ਜਿਹੜੀਆਂ ਇਸ ਲਈ ਪੀਰ ਖੋ ਤੇ ਸਾਹਮਣੇ ਖੜੋਤੇ ਦੇ ਹਾਸ ਜਿੱਥੇ ਭਗਵਾਨ ਕ੍ਰਿਸ਼ਨ ਨੇ ਜਾਂਬੰਦ ਕਨੇ ਜੁਦ ਕੀਤਾ ਔਰ ਜੁੱਧ ਕਰਨੇ ਬਾਅਦ ਜਾਮੰਤੀ ਗਣੇ ਸ਼ਾਦੀ ਹੋਈ ਦੀ ਏ ਏਡਾ ਤੇ ਆ ਸਿਕ ਜਗ ਹੈ ਕਦੇ ਨਹੀਂ ਕੋਹਨੇ ਪੁੱਟੀ ਆ ਜੀਆਂ ਕੇ ਸਾੜਾ ਬਾਵੇ ਦਾ ਤਲਾ ਜਾਂ ਚੀੜੀ ਦਾ ਜਾੜਾ ਜਿੱਥੇ ਅਮਰ ਸ਼ਹੀਦ ਕਿਰਸਾਨ ਬਾਵਾ ਜੀ ਤੋਰੇ ਆਪਣੇ ਅਕ ਹਕੂਕ ਦੀ ਖਾਤਰ ਆਪਣੀ ਜਾਨ ਕਰਵਾਣ ਕੀਤੀ ਔਰ ਸਾਲ ਅਮੰਤ ਜੀ ਉਥੇ ਲੱਖੇ ਰੁਪਏ ਦਾ ਜਿਹੜਾ ਠੇਕਾ ਆ ਉਸ 18 ਦਾ ਹੁੰਦਾ ਔਰ ਪਿਛਲੇ ਇਹ ਕਈਏ ਦਸ਼ਕੇ ਤੋਂ ਮਾਇ ਲਗਾਤਾਰ ਚਲਾ ਕਰਤਾ ਹੈ ਅਗਰ ਆਸੇ ਵਿਕਾਸ ਦੇ ਹਵਾਲੇ ਕਰਨੇ ਗੱਲ ਕਰ ਚਾਹਤਾ ਹ ਤਾਂ ਵਿਕਾਸ ਨਾ ਦੀ ਚੀਜ਼ ਕੋਈ ਲੱਭਦੀ ਨਹੀਂ ਹੈ ਜਿਸ ਵਲੇ ਵੀ ਉੱਥੇ ਮੇਲਾ ਹੁੰਦਾ ਸੱਤੇ ਦਿਨਾਂ ਦਾ ਮੇਲਾ ਤੂੰ ਜਾਣਦੇ ਹੋ ਤੋ ਸਾਪੂ ਜੰਦੇ ਹੁੰਦਾ ਤੂੰ ਸੇ ਦੇਖਿਆ ਵੀ ਹੋਣਾ ਹੈ ਕਿ ਵਿਕਾਸ ਦੇ ਵਾਲੇ ਕਹਿੰਦੇ ਗੱਲ ਖਰਚੇ ਤੇ ਅਸ ਉੱਥੇ ਕੋਈ ਵਿਕਾਸ ਨਹੀਂ ਹੈ ਯਾਤਰੂ ਦੇ ਰੌਣੇ ਤਾਂ ਵੀ ਕੋਈ ਖਾਸ ਬੰਦੋਬਸ ਨਹੀਂ ਕੀਤਾ ਕਿ ਇਹਦਾ ਉੱਥੇ ਸਕੂਲ ਆਰ ਸਕੈਂਡਰੀ ਉਹਦੇ ਜੀ ਛੁੱਟੀਆਂ ਪਾਈ ਦਿੱਤੀ ਜਾਂਦੀਆਂ ਤਾਂ ਕਿ ਯਾਤਰੂ ਉੱਥੇ ਰਹਿਣ ਤੇ ਕਿਆ ਜਿਹੜੀ ਤੂੰ ਦੀ ਯਾਤਰਾ ਉਸ ਵਕੀ ਵੀ ਜਾ ਗੱਲ ਹੈ ਮੈਂ ਤੁਸੇ ਸੁਣਾਣਾ ਕਿ ਇਹ ਸ਼ਹਿਰਾ ਕੋਲ ਸ਼ੁਰੂ ਕਰਾਂ ਦੇ ਹਰ ਜਗ੍ਹਾ ਜਾਣਾ ਲੇਕਿਨ ਮਿਗੀ ਉਸਲੇ ਬੂਆ ਕੋੜੀ ਦੀ ਗੱਲ ਬਾਵੇ ਨ ਮੰਨੀ ਲੈਣੀ ਚਾਹੀਦੀ ਸੀ ਬੂਆ ਕੋੜੀ ਨੇ ਬਾਵੇਗੇ ਗਲਾਕੀ ਕਿ ਰੁੰਬਲ ਖੁੰਬਲ ਖਾਈ ਲਾ ਕੇ ਬਾਵਾ 나ੜੂਏ ਦਾ ਪੀ ਗੇ ਪਾਣੀ ਪੱਦਰੇ ਲਾਕੇ ਛੜ ਪਰ ਆਹੇ ਪਾੜੀ ਲਾਕੇ ਚੰਗੇ ਬੂਆ ਕੋੜ ਦੀ ਗੱਲ ਨਹੀਂ ਮੰਨੀ ਬਾਵੇ ਨੇ ਤੇ ਪੱਦਰਿਆ ਪਾਸਾ ਆਈ ਹੈ ਸਾਧ ਦਿੱਤੀ ਉਸ ਲੈ ਗੰਨੇ ਲੱਗਦੇ ਹੈ ਬੜੇ ਤੇ ਗੰਨਾ ਚੁਪਣੇ ਪਾੜੇ ਨਹੀਂ ਲੱਭਦਾ ਅੱਜ ਛਿੜੀ ਚ ਜਿੱਲੇ ਗੰਨਾ ਲਈਏ ਤੋਂ ਪ੍ਰਸ਼ਾਦ ਲਈਏ ਨਹੀਂ ਜਾਓ ਤੇ ਲੋਕ ਆਸੇ ਛਿੜੀਏ ਨਹੀਂ ਹੀਗੇ ਦਾ ਕਿੰਨਾ ਕਰ ਗੰਨੇ ਪਰ ਕੰਮ ਹੋਇਆ ਅੱਜ ਉਸ ਬਾਵੇ ਦੇ ਜਾੜ ਚ ਲੱਖਾਂ ਲੋਕਾਂ ਦੇ ਉੱਥੇ ਦੇਵਤੇ ਨੇ ਬਿਲਕੁਲ ਤੁਸੀਂ ਅਗਰ ਦੇਖੋ ਉੰਦੇ ਪਰ ਵੀ ਸਰਕਾਰ ਦੇ ਸਨੇਹ ਕਿ ਐਸ ਮਾਰੇ ਸੀ ਉਹਦੇ ਅਦੀਨ ਆਣ ਲਗੇ ਆ ਸੋਦੇ ਅਦੀਨ ਆਣ ਲਗੇ ਆਦੀਨ ਲੱਗੇ ਜੋ ਜਿਹੜੇ ਕੰਮ ਕਰ ਰਹੇ ਉਹਨੇ ਕਰਨ ਦੇ ਗਿਓ ਆਸੀ ਗੱਲ ਰੱਖਣਿਆ ਸੁਨਦਰ ਜੀ ਕਿ 바ਵਾ ਜਿੱਤੋ ਕਿਸਾਨੇ ਦਾ ਜਿੱਦੋ ਸੁਨਾਇਆ ਕਿ ਦੇਵਤਾ ਹ ਇੰਜੇ ਗਸੜਾ 바ਵਾ ਪੈੜ ਦੇਵਤਾ ਹ ਜੰਮੂ ਦਾ ਰਾਜਾ ਬਿਲਕੁਲ ਪਿਛਲੇ ਦਿਨੇ ਅਸੀਂ ਦੇਖਿਆ ਕਿ ਮੱਛੀ ਜਿਹੜੀ ਹੈ ਉੱਥੇ ਜਿੰਦਾ ਦੇਵਤਾ ਹੈ ਉਸੀ ਫੜਨੇ ਦੀ ਮੀਮ ਸ਼ੁਰੂ ਹੋਈ ਨਹੀਂ ਉਥੇ ਬੜਾ ਸਖਤ પ્રતિਬੰਧ ਆ ਉਥੇ ਅੱਛਾ ਗੱਲ ਕੀਤੀ ਗੱਲ ਕੀਤੀ ਲੇਕਿਨ ਮੈਂ ਧੰਨਵਾਦ ਦੇਵਾਂਗੇ ਥੁੰਦੇ ਡਾਇਰੈਕਟਰ ਫਿਸ਼ਰੀ ਨੇ ਉਹਨੇ ਬੜਾ ਸ਼ਸਾੜੇ ਨੇ ਸਹਿਯੋਗ ਦਿੱਤਾ ਟੀਮ ਭੇਜੀ ਉਸ ਸਮੇਂ ਲੈਣ ਆਖਿਆ ਕਿ ਜਿਹੜੀਆਂ ਸੈਂਚਰੀਆਂ ਜੀਆਂ 바ਵਾ ਸਰਗਲ ਦੀ ਡਬਰ ਹੈ ਇਆਂ ਮਿਲਕ 바ਵੇ ਦੀ ਡਬਰ ਹੈ ਮਿਲਕ ਦੋ 바ਵੇ ਦੀ ਡਬਰ ਹੈ ਇਆਂ 바ਵਾ ਪਹਿੜ ਦੇਵ ਦੀ ਡਬਰ ਹੈ ਪੀਰ ਖੋ ਤੱਕ ਉਹਨੇ ਆਖਿਆ ਕਿ ਐਵੇਂ ਬੈਨ ਲਾਗੇ ਲੇਕਿਨ ਕੁਝ ਲੋਕਿੰਗ ਨਹੀਂ ਪਚਿਆ ਸਾਡੇ ਜੰਮੂ ਦੇ ਕੁਝ ਸੰਗਠਨ ਉਥੇ ਗਏ ਮੈਂ ਸ਼ਾਬਾਸ਼ੀ ਦੇਗਾ ਉਹਨੇਗੀ ਜੋ ਇੰਨੇ ਜਾਗਰੂਕ ਹੋਏ ਉਹਨੇ ਮੌਕੇ 'ਤੇ ਜੀਆ ਤਵੀ ਦਾ ਇੱਕ 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 ਕੋਨਾ ਜਿਹੜਾ ਉਹਨੇ ਛਾਣਿਆ ਕਿ ਮਹਾਰਾ ਇੱਥੇ ਕੋਈ ਐਸੀ ਗੱਲ ਹੋਣੀ ਨਹੀਂ ਜਾ ਲੇਕਿਨ ਡਿਪਾਰਟਮੈਂਟ 'ਚ ਬੈਠੇ ਤੇ ਕੁਝ ਐਸੇ ਲੋਕ ਐਸੇ ਨਾਸਰ ਜਿਹਨੇ ਕੀ ਇਹ ਗੱਲ ਪਚੀ ਨਹੀਂ ਹੈ ਤੋਂ ਦੁਆਰਾ ਉਹਨੇ ਐਸਾ ਸ਼ੁਰੂ ਕਰੀ ਤਾਂ ਅੱਜ ਤੋਂ ਦੇਖਾ ਦਿਓ ਅੱਜ ਪਿਛਲੀ ਅਫੀਸ਼ਲ ਕੇ ਰੂਮ 'ਚ ਗਾ ਸਾਹ ਨੇ ਆ ਉਹ ਤੁੰਡਾ ਡਾਇਰੈਕਟਰ ਵੀ ਸਾਡੇ ਨੇ ਬੈਠੇ ਦੇ ਨੇ ਆਸੇ ਗੱਲ ਕਰਨ ਆਏ ਨੇ ਕਿ ਭਈ ਇਹ ਨਹੀਂ ਚੱਲ ਦੇਣਾ ਐਸਾ ਨਹੀਂ ਹੋਣ ਦੇਣਾ ਕਿ ਜਿਹੜਾ ਜੰਮੂ ਦਾ ਰਾਜਾ ਪੈੜ ਦੇਵਤਾ ਹੈ ਜਿਹਨੇ ਤੋ ਬਗਾਈ ਦੀ ਹੈ ਉਦੇ ਪਰ ਤੁਸੀਂ ਅਗਰ ਇੰਨੀ ਸ਼ਰਧਾ ਨਹੀਂ ਰੱਖ ਸਕਦੇ ਆਓ ਤੇ ਐਸਾ ਕਦੇ ਵੀ ਨਹੀਂ ਹੋ ਸਕਦਾ ਕਿ ਅਸਚੋ ਪਰੋਗੇ ਲੇਕਿਨ ਜਿਹੜੇ ਸੰਗਠਨ ਇਸ ਵਾਸਤੇ ਅੱਗੇ ਆਉਣ ਮੈਂ ਉਹਨੇ ਬਹੁਤ ਬਹੁ ਸਾਧੂ ਬਾਦ ਬਹੁਤ ਬਹੁ ਮੁਬਾਰਕਵਾਹ ਦੇਗਾ ਵਧਾਈ ਦੇਗਾ ਕਿ ਜਿਹਨੇ ਇਹ ਗੈਂ ਪੁੱਟੀ ਹੈ ਧੰਨਵਾਦ ਜੀ ਜੰਮੂ ਮੰਦਰੇ ਦਾ ਸ਼ਹਿਰ ਹੈ ਜੀਆਂ ਮੈਂ ਪਹਿਲਾਂ ਆਖਿਆ ਪਰ ਮੰਦਰੇ ਦੀ ਦਸ਼ਾ ਤੇ ਸਥਿਤੀ ਕੀ ਦਿਖੀ ਹੈ ਇੰਨ ਲੱਗਦਾ ਹੈ ਕਿ ਸਰਕਾਰ ਦੀ ਬੱਕੀ ਦਾ ਵੀ ਹੁਣ ਇਸ ਬੱਕੀ ਗੈਂ ਪੁੱਟਨੀ ਪਊਗਾ ਜ਼ਿਆਦਾਤਰ ਜਿਹੜੇ ਪ੍ਰਾਚੀਨ ਮੰਦਰਨ ਉਹਦੀ ਦੇਖ ਰੱਖ ਧਰਮਾਰਥ ਟਰਸਟ ਕਰਾ ਕਰਦਾ ਹੈ। ਔਰ ਧਰਮਾਰਥ ਟਰਸਟ ਦਾ ਵੀ ਇਹ ਫਰਜ਼ ਬੰਦਾ ਹੈ ਕਿ ਇਹਨੇ ਮੰਦਰੇ ਦੀ ਸਾਫ ਸਫਾਈ ਦੇ ਕੰਨਾ ਕੰਨਾ ਹੈਗਾ। ਇੰਦੇ ਚ ਇਹਦਾ ਨਿਰਮਾਣ ਕੰਮ ਜਿਹੜਾ ਰਹੀ ਗੇਦਾ ਜਾਂ ਜਿਹੜੇ ਕੀ ਕਿ ਇਹ ਪ੍ਰਾਚੀਨ ਮੰਦਰਨ ਇਹਦੀ ਦਸ਼ਾ ਤੇ ਦਿਸਾਗੀ ਉਸਨੇ ਵੀ ਜ਼ਰੂਰ ਸਰਦਾਰਨਾ ਚਾਹੀਦਾ।